ਲੈ ਵੀ ਗੁਰੂਆਂ ਦੇ ਗੁਰੂ ਜਗਤ ਗੁਰੂ ਪਰਮ ਪਾਰ ਸਤ ਸ਼੍ਰੋਮਣੀ ਇਨਕਲਾਬ ਦੇ ਮੋਢੀ ਦੁਖੀਆਂ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਚੌਂ ਯੁੱਗਾਂ ਦੀ ਸ਼ਖਸੀਅਤ ਦੇ ਮਾਲਕ ਬਾਣੀ ਦੇ ਰਚੇਤਾ ਰਾਗਾਂ ਦੇ ਤਲੀ ਕੁੱਲ ਗੁਰੂ ਰਾਜ ਗੁਰੂ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਿ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੋਂ ਵਰਸਾਈਆਂ ਹੋਈਆਂ ਸਮੁੱਚੀਆਂ ਗੁਰੂ ਨਾਮ ਲੇਵਾ ਸ਼ਰਧਾਲੂ ਸੰਗਤ ਹੈ ਅੱਜ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਦੇ ਨਾਲ ਵਿਸ਼ਵ ਪ੍ਰਸਿੱਧ ਡੇਰਾ ਸਤਿਗੁਰ ਸਵਾਮੀ ਸਰਵਣਦਾਸ ਮਹਾਰਾਜ ਸੱਚਖੰਡ ਵੱਲਾ ਤਿਨ੍ਹਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ 'ਤੇ ਸਤਿਗੁਰ ਸਵਾਮੀ ਸਰਵਣਦਾਸ ਮਹਾਰਾਜ ਜੀ ਦੀ ਸਾਲਾਨਾ ਬਰਸੀ ਦੇ ਉਪਲੱਖ ਅੰਦਰ ਪੂਰੇ ਵਿਸ਼ਵ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਪੂਰੇ ਵਰਲਡ ਦੇ ਵਿੱਚੋਂ ਅਤੇ ਪੂਰੇ ਭਾਰਤ ਦੇ ਵਿੱਚੋਂ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਜੀ ਨੂੰ ਸ਼ਰਧਾ ਸੁਮਨ ਅਰਪਣ ਕਰਨ ਵਾਸਤੇ ਨਮਨ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਮਨ ਕਰਨ ਵਾਸਤੇ ਦਰਸ਼ਨ ਦਿਦਾਰ ਕਰਨ ਵਾਸਤੇ ਉਚੇਚੇ ਤੌਰ 'ਤੇ ਸਮੁੱਚੀ ਸੰਗਤ ਹਾਜ਼ਰੀ ਭਰ ਰਹੀ ਹੈ। ਗੁਰਗੱਦੀ 'ਤੇ ਵਿਰਾਜਮਾਨ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਇਹਨਾਂ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਗਮ ਦੇ ਵਿੱਚ ਰਾਗੀ ਢਾਡੀ ਕੀਰਤਨੀ ਜਥੇ ਪ੍ਰਚਾਰਕ ਕਥਾ ਵਾਚਕ ਪ੍ਰੀਚਰ ਬੁੱਧੀਜੀਵੀ ਵਿਦਵਾਨ ਗਿਆਤਾਵਾਨ ਸੰਤ ਪੁਰਸ਼ ਔਰ ਮਹਾਨ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਹੈ ਔਰ ਆਪੋ ਆਪਣੀ ਮੁਖਾਬਿਤ ਤੋਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਹਾਜ਼ਰੀਆਂ ਲਗਵਾਈਆਂ ਨੇ। ਦਾਸਾਂ ਨੂੰ ਵੀ ਮਾਇਕ ਮਿਲਿਆ। ਸਤਿਪੁਰਸ਼ ਕਹਿੰਦੇ ਨੇ ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਵਿੱਚ ਹੈ ਲੱਗ ਪਰਦਾ। ਇੱਕ ਨਾ ਬੋਲੀ ਲਨਸੂਰ ਮਾਰਦਾ ਕਿਉਂ ਸੂਲੀ 'ਤੇ ਚੜ੍ਹਦਾ, ਚੁੱਪ ਕਰ ਦੜ ਵੱਟ ਜਾ ਨਾ ਇਸ਼ਕ ਦਾ ਖੋਲ ਖਲਾਸਾ, ਚਮੜੀ ਨੱਥ ਜਾਏਗੀ ਸਾਰੇ ਜੱਗ ਦਾ ਬਣ ਜਾਓ ਹਾਸਾ। ਮਨਸੂਰ ਕਹਿੰਦਾ ਹੁਣ ਕੀ ਦੜ ਵੱਟਣੀ, ਜਦ ਖੁੱਲ ਗਏ ਇਸ਼ਕ ਖਲਾਸਾ, ਚਮੜੀ ਲੱਥ ਜਾਣਦੇ ਨਹੀਂ ਵੱਟਣਾ ਸਤਿਗੁਰ ਤੋਂ ਪਾਸਾ। ਬਹੁਤ ਜਨਮ ਪਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀ ਮੋਚੇ ਪਿਓ ਦਰਸ਼ਨ ਦੇਖੇ। ਤੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, 14ਵੀਂ ਸਦੀ ਦੇ ਕ੍ਰਾਂਤੀਕਾਰੀ ਰਹਿਬਰ, ਯੁੱਗ ਪਲਟਾਓ ਰਹਿਬਰ, ਬੇਗਮਪੁਰੇ ਦੇ ਰਚਨਹਾਰ ਦੇ ਮਹਾਨ ਪੈਗੰਬਰ ਔਰ ਰਹਿਬਰ, ਉਹਨਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਪੂਰੇ ਵਿਸ਼ਵ ਦੇ ਵਿੱਚ
ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਦਲਿਤ ਭਾਈਚਾਰੇ ਦੇ ਵਿੱਚ ਸਤਿਗੁਰਾਂ ਨੇ ਗਿਲਪੱਤੀ ਬਠਿੰਡਾ ਮਾਲਵਾ ਦੀ ਧਰਤੀ 'ਤੇ ਉਹ ਭਾਗ ਲਾਏ। ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ, ਸਤਿਗੁਰੂ ਸਵਾਮੀ ਪਿੱਪਲ ਦਾਸ ਮਹਾਰਾਜ ਜਿੱਥੇ ਮਾਲਵੇ ਦੀ ਸੰਗਤ ਨੂੰ ਤਾਰਦੇ ਤਾਰਦੇ ਦੁਆਬੇ ਦੇ ਵਿੱਚ ਵੀ ਸਤਿਗੁਰਾਂ ਨੇ ਕਿਰਪਾ ਕੀਤੀ। ਅੱਜ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਅਸਥਾਨ ਮਹਾਨ ਮਹਾਂਪੁਰਖਾਂ ਦੇ ਸੰਤਾਂ ਦੇ ਮਹਾਂਪੁਰਖਾਂ ਦੇ ਵੇਖੀਏ ਤਾਂ ਉਹਨਾਂ ਨੇ ਕੱਖਾਂ ਕਾਨਿਆਂ ਘਾਹ ਫੂਸ ਦੀ ਚੌਪੜੀ 'ਚ ਛੰਨ 'ਚ ਕੁੱਲੀ 'ਚ ਇੱਕ ਤਪੜੀ 'ਤੇ ਬਹਿ ਕੇ ਭਗਤੀ ਬੰਦਗੀ ਇਬਾਦਤ ਕੀਤੀ ਅਤੇ ਉੱਥੋਂ ਸਾਰਿਆਂ ਨੂੰ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸਾਂਝੀ ਮਾਨਵਤਾ ਦਾ ਸਦ ਉਪਦੇਸ਼ ਜੋ 14ਵੀਂ ਸਦੀ 'ਚ ਧੰਨ ਸੰਤ ਰਵਿਦਾਸ ਮਹਾਰਾਜ ਜੀ ਨੇ ਸੰਗਤਾਂ ਦੇ ਵਿੱਚ ਵੰਡਿਆ ਹੈ, ਔਰ ਉਹ ਖਜ਼ਾਨਾ ਉਹ ਨਾਮ ਦਾ ਭੰਡਾਰਾ ਸਤਿਗੁਰ ਸਵਾਮੀ ਸਰਵਣ ਦਾਸ ਮਹਾਰਾਜ ਜੀ ਨੇ ਜਲੰਧਰ ਜ਼ਿਲ੍ਹੇ 'ਚ ਭਾਗ ਲਾਏ ਪਿੰਡ ਮੱਲਾਂ ਨੂੰ। ਅਤੇ ਗੁਰਮੁਖ ਪਿਆਰੇ ਉਸ ਤੋਂ ਉਪਰੰਤ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਦੇ ਨਾਲ ਸਮੇਂ ਸਮੇਂ 'ਤੇ ਇਸ ਗੁਰਗੱਦੀ 'ਤੇ ਮਹਾਨ ਮਹਾਂਪੁਰਖ ਸੱਜਣ ਮਹਾਰਾਜ ਜੀ ਦੇ ਦੇਖ ਰੇਖ ਦੇ ਵਿੱਚ ਉਹਨਾਂ ਨੇ ਵੀ ਇਹ ਪੈਗਾਮ, ਇਹ ਸੰਦੇਸ਼, ਸਾਂਝੀ ਮਾਨਵਤਾ ਦਾ ਸਭ ਉਪਦੇਸ਼ ਮਾਨਵਤਾ ਦੇ ਕਲਿਆਣ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ ਨੇ, ਸਤਿਗੁਰੂ ਸਵਾਮੀ ਗਰੀਬ ਦਾਸ ਮਹਾਰਾਜ ਜੀ ਨੇ ਇਹਨਾਂ ਸੇਵਾਵਾਂ ਨੂੰ ਬਖੂਬੀ ਨਿਭਾਇਆ। ਉਪਰੰਤ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਔਰ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਇਹਨਾਂ ਨੇ ਪੂਰੇ ਵਰਲਡ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਦੇ ਪੈਗਾਮ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਹੈ। ਇੱਥੋਂ ਤੱਕ 24 ਮਈ 2009 ਆਸਟ੍ਰੇਲੀਆ ਵਿਆਨਾ ਦੇਸ਼ ਲਈ, ਸਮਾਜ ਲਈ, ਕੌਮ ਲਈ, ਸੰਗਤ ਲਈ ਡੇਰਾ ਮੱਲਾ ਨੇ ਇੱਕ ਵਡਮੁੱਲਾ ਹੀਰਾ ਇਸ ਸਮਾਜ ਨੂੰ ਸਮਰਪਿਤ ਕਰਤਾ, ਲਿਖ ਕੇ ਲਾਤਾ, ਨਿਸ਼ਾਵਰ ਕਰਤਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਬ ਤੱਕ ਹੈ ਆਕਾਸ਼ ਨੇ ਸੂਰਜ ਗੰਗਾ ਜੀ ਮੇ ਪਾਣੀ ਅਮਰ ਰਹੇਗੀ ਸਤਿਗੁਰ ਰਵਿਦਾਸ ਦੀ ਅਮਰ ਕਹਾਣੀ। ਇਹ ਗੁਰੂ ਰਵਿਦਾਸ ਮਹਾਰਾਜ ਦੀ ਅਮਰ ਕਹਾਣੀ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਜ ਵੀ ਡੇਰਾ ਸਚਖੰਡ ਮੱਲਾਂ ਦੇ ਜਿੰਨੇ ਵੀ ਪ੍ਰਚਾਰਕ ਨੇ, ਜਿੰਨੇ ਵੀ ਪ੍ਰੀਚਰ ਨੇ, ਜਿੰਨੇ ਵੀ ਓਪਰੇਟਰ ਨੇ, ਡਾਇਰੈਕਸ਼ਨ ਔਰ ਗਾਈਡਲਾਈਨ ਦਿਸ਼ਾ ਨਿਰਦੇਸ਼ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਅੱਜ ਵੀ ਸੰਗਤ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੀ ਦੇਖ ਰੇਖ ਦੇ ਵਿੱਚ।
ਤੋਂ ਗੁਰਮੁਖ ਪਿਆਰਿਓ ਧੰਨਿਆ ਉਹਨਾਂ ਮਹਾਂਪੁਰਖਾਂ ਦਾ ਆਉਣਾ ਹੈ ਇਸ ਸੰਸਾਰ ਤੇ ਜਿਹੜੇ ਆਪ ਜਪਦੇ ਨੇ ਤੇ ਸੰਗਤ ਨੂੰ ਜਪਾਉਂਦੇ ਨੇ ਔਰ ਉਹ ਮਹਾਨ ਡਰਾਈਵਰ ਮਹਾਨ ਪੈਗੰਬਰ ਮਹਾਨ ਸੰਤ ਉਹ ਪਰ ਉਪਕਾਰ ਕਰਨ ਵਾਸਤੇ ਸੰਸਾਰ ਦੇ ਭਲੇ ਵਾਸਤੇ ਸਤ ਮਾਰਗ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਨ ਵਾਸਤੇ ਇਸ ਦੁਨੀਆ ਤੇ ਆਉਂਦੇ ਨੇ ਔਰ ਗੁਰਮੁਖ ਪਿਆਰਿਓ ਜਿਵੇਂ 14ਵੀਂ ਸਦੀ ਦੇ ਵਿੱਚ ਧੰਨ ਸਤਿਗੁਰ ਰਵਿਦਾਸ ਮਹਾਰਾਜ ਅਤੇ ਧੰਨ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਕੁੱਲੀ ਪੱਟੀ ਲੋਕਾਈ ਨੂੰ ਉਹਨਾਂ ਨੇ ਅਲਰਟ ਕੀਤਾ ਸੁਚੇਤ ਕੀਤਾ ਤੇ ਨਾਮ ਬਾਣੀ ਨਾਲ ਜੋੜਿਆ ਤਾਨਿਆ ਉਹ ਕਾਂਛੀ ਮਲਾਰ ਦੀਆਂ ਮੀਆਂ ਤੇ ਗਲੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵਿਸ਼ਵ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਤੋ ਗੁਰਮੁਖ ਪਿਆਰਿਓ ਇਹੋ ਜਿਹੇ ਮਹਾਨ ਰਹਿਬਰ ਧਰਤੀ ਤੇ ਆਉਣੇ ਚਾਹੀਦੇ ਆ ਤਾਨਿਆ ਉਹ ਮਾਵਾਂ ਜਿੱਦਾਂ ਇਹੋ ਜਿਹੇ ਮਹਾਨ ਮਹਾਂਪੁਰਖਾਂ ਨੂੰ ਜਨਮ ਦਿੰਦੀਆਂ ਨੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਮਹਾਂਪੁਰਸ਼ਾਂ ਦੇ ਚਰਨਾਂ 'ਚ ਨਮਨ ਕਰਦਾ ਇੱਕ ਪੰਕਤੀ ਪੜ੍ਹ ਕੇ ਆਪ ਤੋਂ ਰਜ਼ਾ ਲਈਏ ਰਾਮ ਨਾਮ ਕੇ ਹੀਰੇ ਮੋਤੀ ਸਪਤ ਬਖੇਰੇ ਗੱਲੀ ਗੱਲੇ ਲੈ ਲੈ ਕੋਈ ਰਾਮ ਪਿਆਰਾ ਆਵਾਜ਼ ਲਗਾਏ ਗੱਲੀ ਗੱਲੇ